ਜੋਕਰ ਬਣਨ ਨੂੰ ਵੀ ਤਿਆਰ ਹੈਗੇ, ਤੁਸੀਂ ਸਾਨੂੰ ਜੋਕਰ ਬਣਦੇ ਹੀ ਦੇਖੋ, ਪਰ ਜਿਹੜਾ ਜੋਕਰ ਗੱਲ ਦੱਸੂਗਾ ਘੱਟੋ ਘੱਟ ਉਹੀ ਸੁਣ ਲਓ। ਸਾਡੇ ਕੋਲ ਜਿੱਦਾਂ ਇੱਕ ਪੇਸ਼ੈਂਟ ਆਉਂਦਾ ਨਾ, ਅਸੀਂ ਐਂ ਹੀ ਨਹੀਂ ਚੱਲ ਜਾਂਦੇ ਕਿ ਹਾਂ ਭਾਈ ਆਹ ਮਰੀਜ਼ ਆਇਆ ਰੋਂਦਾ ਰੋਂਦਾ ਤੇ ਇਹਨੂੰ ਪੈਸੇ ਫੜਾ ਦਿਓ। ਜਦੋਂ ਤੱਕ ਤੁਹਾਨੂੰ 100% ਸਮਝ ਨਹੀਂ ਆ ਜਾਂਦੀ ਕਿ ਇੱਥੇ ਹੋ ਕੀ ਰਿਹਾ, ਉਦੋਂ ਤੱਕ ਤੁਸੀਂ ਇਸ ਐਨ ਜੀ ਓ ਦੀ ਇੱਜ਼ਤ ਨਾ ਕਰੀਏ। ਇਹਦੇ ਕੱਪੜੇ ਦੇਖ ਲਓ, ਇਹਦੇ ਵਾਲ ਦੇਖ ਲਓ, ਕਿਸੇ ਤਰੀਕੇ ਦੇਖੋ ਤਾਂ ਸਹੀ। ਤੁਸੀਂ ਲੈ ਕੇ ਆਏ ਬ੍ਰਦਰ? ਅੱਛਾ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋ? ਆਪਣੇ ਹੱਥੀ ਤੁਸੀਂ ਵੰਡੋ ਬੇਟਾ, ਇੱਕ ਇੱਕ ਲਿਫਾਫਾ ਸਾਰੇ ਇੱਕ ਇੱਕ ਘਰ ਨੂੰ ਦਵਾ ਦੇ, ਠੀਕ ਹੈ? ਜੇ ਕਿਸੇ ਨੂੰ ਲੋੜ ਹੈਗੀ ਤਾਂ ਲੈ ਲੈਣ, ਜੇ ਕਿਸੇ ਨੂੰ ਲੋੜ ਨਹੀਂ ਹੈਗੀ ਤਾਂ ਰਹਿਣ ਦੇਣ। ਬਹੁਤ ਵਧੀਆ ਉਪਰਾਲਾ ਬਾਈ, ਅਗਰ ਸਾਰੀ ਯੂਥ ਐਂ ਹੀ ਘਰ ਬਹਿ ਕੇ ਵਿਰੋਧ ਕਰਨ ਵਾਲੋ ਡੱਟ ਕੇ ਮੈਦਾਨ 'ਚ ਆ ਕੇ ਖੜੇ ਕਿ ਹਾਂ ਬਾਈ ਤੂੰ ਕੌਣ ਅਤੇ ਮੈਂ ਕੌਣ ਅਤੇ ਖੜ ਮੈਦਾਨ 'ਚ ਕਰ ਡਿਬੇਟ, ਉਹਦਾ ਸਵਾਦ ਹੀ ਹੋਰ। ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਤਾਂ ਤੁਸੀਂ ਆਏ ਹੋ ਅੱਜ, ਬੜੀ ਖੁਸ਼ੀ ਹੋ ਰਹੀ ਹੈ। ਇਸ ਐਨ ਜੀ ਓ ਨੂੰ ਤਰੀਕੇ ਨਾਲ ਦੇਖ ਕੇ ਜਾਇਓ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੇਰੇ 'ਤੇ ਸ਼ੱਕ ਕਰਦੇ ਹੋ, ਪਰ ਜਦੋਂ ਤੱਕ ਤੁਹਾਨੂੰ 100% ਸਮਝ ਨਹੀਂ ਆ ਜਾਂਦੀ ਕਿ ਇੱਥੇ ਹੋ ਕੀ ਰਿਹਾ, ਉਦੋਂ ਤੱਕ ਤੁਸੀਂ ਇਸ ਐਨ ਜੀ ਓ ਦੀ ਇੱਜ਼ਤ ਨਾ ਕਰੀਓ। ਜਦੋਂ ਸਮਝ ਆ ਗਈ ਕਿ ਅੱਛਾ ਅੱਛਾ ਇਹ ਪ੍ਰੋਸੈਸ ਹੈ, ਇੱਦਾਂ ਜਿੱਦਾਂ ਹੁਣ ਆ ਮਰੀਜ਼ ਹੈ, ਇਹਦੇ ਨਾਲ ਗੱਲਬਾਤ ਕਰੋ, ਕਹਿੰਦੇ ਆਂਟੀ ਤੁਸੀਂ ਕਿਉਂ ਆਏ ਹੋ, ਸਾਨੂੰ ਪੁੱਛੋ ਕਿ ਇਹ ਕੌਣ ਨੇ, ਅਸੀਂ ਦੱਸਾਂਗੇ ਤੁਹਾਨੂੰ ਕਿ ਇਹਨਾਂ ਦੇ ਡਾਇਲਸਿਸ ਹੁੰਦੇ ਨੇ, ਇਹਨਾਂ ਦੀ ਮਦਰ ਦੇ ਡਾਇਲਸਿਸ ਹੁੰਦੇ ਨੇ, ਇਹਨਾਂ ਦੇ ਭਰਾ ਦੇ ਡਾਇਲਸਿਸ ਹੁੰਦੇ ਨੇ, ਘਰ 'ਚ ਜਿੰਨੇ ਜੀ ਨੇ ਸਭ ਦੀ ਕਿਡਨੀਆਂ ਖਰਾਬ ਨੇ। ਫਿਰ ਤੁਸੀਂ ਸਾਨੂੰ ਅਗਲੇ ਮਰੀਜ਼ ਬਾਰੇ ਪੁੱਛੋ ਕਿ ਬਾਪੂ ਜੀ ਕੌਣ ਨੇ, ਇਹਨਾਂ ਦਾ ਜਵਾਨ ਮੁੰਡਾ 23 ਸਾਲ ਦਾ, ਜਿਵੇਂ ਤੁਸੀਂ ਹੋ, ਮੈਂ ਹੋਵੇ ਜਵਾਨ ਮੁੰਡਾ, ਇੰਨੀ ਸੋਹਣੀ ਪੱਗ ਬੰਨਦਾ ਮੁੰਡਾ, ਮੈਂ ਤੁਹਾਨੂੰ ਉਹਦੀ ਫੋਟੋ ਦਿਖਾਵਾਂਗਾ, ਤੁਸੀਂ ਕਹੋਗੇ ਵਾਹ। ਹੁਣ ਉਹ ਮੁੰਡੇ ਦੀ ਲੱਤ ਖਰਾਬ ਹੋਈ ਵੀ ਪਿਛਲੇ 2 ਮਹੀਨੇ ਤੋਂ ਘਰ ਬੈਠਾ, ਸਾਡੇ ਕੋਲ ਪਿੰਡ ਦਾ ਨਾਮ ਪੁੱਛੋ ਕਿ ਕਿਹੜਾ ਪਿੰਡ ਹੈ, ਅਤੇ ਇਹਨਾਂ ਨੇ ਕਿੰਨਾ ਖਰਚਾ ਪਤਾ ਕੀਤਾ ਸੀ ਡਾਕਟਰ ਕੋਲ, ਉਹ ਪੁੱਛੋ, ਅਸੀਂ ਕਿੰਨੇ 'ਚ ਕਰਾ ਰਹੇ ਹਾਂ ਉਹ ਪੁੱਛੋ, ਕਿੰਨੀ ਸੇਵਾ ਇਕੱਠੀ ਹੋ ਗਈ ਇਹ ਪੁੱਛੋ, ਅਤੇ ਫਿਰ ਅੱਗੇ ਬੱਚੀ ਬੈਠੀ ਤੁਸੀਂ ਦੇਖੋ ਉਹਦੀ ਲੱਤ ਟੁੱਟੀ ਹੋਈ ਹੈ, ਉਹਦੇ ਬਾਰੇ ਪੁੱਛੋ, ਆਹ ਭੈਣ ਬੈਠੀ ਇਹਦੇ ਬਾਰੇ ਪੁੱਛੋ, ਉਹ ਬੈਠੇ ਨੇ ਉਹਦੇ ਬਾਰੇ ਪੁੱਛੋ, ਇੱਕ ਇੱਕ ਪੇਸ਼ੈਂਟ ਬਾਰੇ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ ਸਾਨੂੰ ਵਧੀਆ ਲੱਗੂ, ਕਰੋਗੇ? ਅਸੀਂ ਵੀਰੇ ਪਤਾ ਕੀ, ਅਸੀਂ ਇਹ 100 ਦੇ ਕਰੀਬ ਬਣਾਏ ਸੀਗੇ, ਨਾਲ 100 ਜੋੜੇ ਬੂਟਾਂ ਦੇ, 100 ਤੋਂ ਵੀ ਵੱਧ ਹੀ ਹੋਣੇ, 120 ਹੋਣੇ ਨੇ, ਅਸੀਂ ਨਾਲ ਕੰਬਲ ਸੀਗੇ, ਅਸੀਂ ਨਾ ਜਾਣੀ ਕਿ 3-4 ਦਿਨ ਹੋ ਗਏ ਸਾਨੂੰ ਵੰਡਦਿਆਂ ਨੂੰ, ਅਸੀਂ ਨੇੜੇ ਤੇੜੇ ਦੇ ਪਿੰਡਾਂ 'ਚ ਵੰਡੇ ਯਾਰ। ਪਤਾ ਕੀ ਵੀਰੇ, ਉੱਥੇ ਜਿਵੇਂ ਫਿਰਦੇ ਹੁੰਦੇ ਨੇ, ਸਾਨੂੰ ਐਂ ਆ ਵੀ ਚੱਲ ਇਹਨਾਂ ਦੇ ਵਾਰ ਵਾਰ ਗੇੜੇ ਮਾਰ ਮਾਰ ਲਿਜਾਈ ਜਾਂਦੇ ਨੇ। ਸਭ ਤੋਂ ਵੱਡੀ ਦਿੱਕਤ ਹੈ ਨਾ ਬਈ, ਸਾਡੀ ਯੂਥ ਨਾ ਜਿਹੜੀ ਚੀਜ਼ 'ਤੇ ਸਵਾਲ ਕਰਨਾ ਚਾਹੀਦਾ ਉਸ 'ਤੇ ਨਹੀਂ ਕਰ ਰਹੀ, ਜਿਵੇਂ ਤੁਹਾਡਾ ਪੁਆਇੰਟ ਹੈ ਕਿ ਵੀਰੇ ਇਸ ਚੀਜ਼ ਦਾ ਕੀ ਇਹਦਾ ਹੱਲ, ਕਿ ਦੇਖੋ ਸਾਡੀ ਟੀਮ ਉਹਦੇ ਕੋਲ ਗੱਲਬਾਤ ਕਰ ਰਹੀ ਹੈ, ਸਾਡੇ ਕੋਲ ਮੇਰਾ ਫੋਨ ਫੜਾਇਓ। ਸਾਡੇ ਕੋਲ ਜਿੱਦਾਂ ਇੱਕ ਪੇਸ਼ੈਂਟ ਆਉਂਦਾ ਨਾ, ਅਸੀਂ ਐਂ ਹੀ ਨਹੀਂ ਚੱਲ ਜਾਂਦੇ ਕਿ ਹਾਂ ਭਾਈ ਆਹ ਮਰੀਜ਼ ਆਇਆ ਰੋਂਦਾ ਰੋਂਦਾ ਤੇ ਇਹਨੂੰ ਪੈਸੇ ਫੜਾ ਦਿਓ। ਸਪੋਜ਼ ਮੈਂ ਇਸ ਪੇਸ਼ੈਂਟ ਦੀ ਗੱਲ ਕੀਤੀ, ਬੇਟਾ ਇਹਨਾਂ ਦੇ ਘਰ ਦੀ ਇਨਕੁਆਇਰੀ ਕੱਢ ਕੇ ਦਿਖਾ। ਹੁਣ ਆਹ ਪੇਸ਼ੈਂਟ ਸਾਡੇ ਕੋਲ ਆਇਆ ਰੋਣ ਲੱਗ ਗਿਆ, ਅਤੇ ਮੈਂ ਨੀੜੀ ਹਾਂ ਜੀ ਆਹ, ਅਸੀਂ ਇਹਦੇ ਰੋਣ 'ਤੇ ਨਹੀਂ ਜਾਂਦੇ। ਸਾਡਾ ਟੀਮ ਮੈਂਬਰ ਇੱਕ ਪਹਿਲਾਂ ਇਹਨਾਂ ਦੇ ਘਰ ਜਾਏਗਾ ਚੈੱਕ ਕਰਨ ਕਿ ਇਹ ਕੌਣ ਹੈ ਮਰੀਜ਼। ਆਹ ਦੇਖੋ ਆਹ ਮਾਤਾ ਜੀ ਦਾ ਘਰ ਹੈ, ਹੁਣ ਆਹ ਘਰ ਦੇ ਹਾਲਾਤ ਨੇ, ਇਹਨਾਂ ਦੀ ਇਨਕੁਆਇਰੀ ਹੋਏਗੀ, ਫਿਰ ਇਹਨਾਂ ਨੂੰ ਤੁਸੀਂ ਜਿਹੜੀ ਸੇਵਾ ਦੇ ਕੇ ਜਾਓਗੇ ਜਾਂ ਕੋਈ ਵੀ ਡੋਨਰ ਦੇ ਕੇ ਜਾਊਗਾ, ਉਹ ਹੋਸਪਿਟਲ 'ਚ ਜਮ੍ਹਾਂ ਹੋਣਗੇ, ਉਹਦੀਆਂ ਰਿਸਿਪਟਸ ਆਉਣਗੀਆਂ, ਰਸੀਦਾਂ ਆਉਣਗੀਆਂ, ਆਹ ਘਰ ਦੀ ਇਨਕੁਆਇਰੀ ਹੈ। ਉਹ ਜਿਹੜੇ ਬਾਪੂ ਜੀ ਦਾ ਮੈਂ ਨਾਮ ਲਿੱਤਾ, ਉਹਨਾਂ ਦੇ ਮੈਂ ਘਰ ਗਿਆ ਸੀਗਾ ਇਹ ਤੋਂ ਥੋੜ੍ਹੇ ਦਿਨ ਪਹਿਲਾਂ, ਆਹ ਵੀਡੀਓ ਸ਼ਾਇਦ ਤੁਸੀਂ ਫੇਸਬੁੱਕ 'ਤੇ ਦੇਖੀ ਵੀ ਹੋਵੇ। ਮਤਲਬ ਬਿਨਾਂ ਇਨਕੁਆਇਰੀ ਤੋਂ ਅਸੀਂ ਕਿਸੇ ਵੀ ਬੰਦੇ ਨਾਲ ਕੋਈ ਗੱਲ ਨਹੀਂ ਕਰਦੇ ਜਦੋਂ ਤੱਕ ਆ ਦੇਖੋ ਪਰਿਵਾਰ ਦੀ ਮਦਦ ਨਹੀਂ ਹੁੰਦੀ, ਸਾਨੂੰ ਸੇਵਾ ਦਾ ਮੌਕਾ ਦੇ। ਆਹ ਮੁੰਡਾ ਮੁੰਡੇ ਦਾ ਆਹ, ਮੈਂ ਵਾਂ ਆਪਦੇ ਘਰ ਦੇ ਹਾਲਾਤ ਨੇ, ਇਸ ਤੋਂ ਜ਼ਿਆਦਾ ਵੈਰੀਫਿਕੇਸ਼ਨ ਦੁਨੀਆ ਦੀ ਕੋਈ ਸੰਸਥਾ ਨਹੀਂ ਦੇ ਸਕਦੀ, ਕਿਉਂਕਿ ਇਹਦੇ 'ਚ ਮੈਨ ਪਾਵਰ ਅਤੇ ਤੁਹਾਡੀ ਐਨਰਜੀ ਬਹੁਤ ਲੱਗਦੀ। ਐਨਰਜੀ ਮਤਲਬ ਸਾਰਾ ਦਿਨ ਤੁਸੀਂ ਬਸ ਇਹਦੇ ਬਾਰੇ ਸੋਚੀ ਜਾਣਾ ਕਿ ਡੋਨਰ ਕਿਵੇਂ ਆਉਣ, ਵੀਡੀਓ 'ਚ ਮੈਂ ਕੀ ਬੋਲਾਂ, ਹੁਣ ਮੈਂ ਨਵਾਂ ਕੰਟੈਂਟ ਕੀ ਪਾਵਾਂ ਇੰਸਟਾਗ੍ਰਾਮ 'ਤੇ, ਜਿਵੇਂ ਕੰਟੈਂਟ ਪੁਰਾਣਾ ਨਹੀਂ ਹੁੰਦਾ ਕਿ ਅੱਜ ਕੱਲ੍ਹ ਆਹ ਗਾਣਾ ਚੱਲ ਰਿਹਾ ਅਤੇ ਰੀਲ ਪਾਓ, ਅੱਜ ਆਹ ਗਾਣਾ ਚੱਲ ਰਿਹਾ ਅਤੇ ਰੀਲ ਪਾਓ। ਸਾਨੂੰ ਰੋਜ਼ ਇਹ ਹੁੰਦਾ ਕਿ ਰੋਜ਼ ਨਵੀਂ ਚੀਜ਼ ਲੈ ਕੇ ਆਈਏ ਜਿਹਦੇ ਨਾਲ ਲੋਕ ਦੇਖਣ ਯਾਰ ਅੱਜ ਇਹਨਾਂ ਦਾ। ਹੁਣ ਦੁੱਖ ਨੂੰ ਕਿਸ ਢੰਗ ਨਾਲ ਮੈਂ ਦਿਖਾਵਾਂ ਸੋਸ਼ਲ ਮੀਡੀਆ, ਦੁੱਖ ਤਾਂ ਦੁੱਖ ਹੈ ਨਾ, ਪਰ ਫਿਰ ਵੀ ਮੈਨੂੰ ਅਲੱਗ ਅਲੱਗ ਤਰ੍ਹਾਂ ਨਾਲ ਸਟੋਰੀਆਂ ਦੱਸ ਕੇ, ਅਲੱਗ ਅਲੱਗ ਤਰ੍ਹਾਂ ਨਾਲ ਵੰਨ ਸਵੰਨੇ ਕੱਪੜੇ ਪਾ ਕੇ, ਕਿ ਲੋਕ ਭਾਵੇਂ ਮੈਨੂੰ ਦੇਖਣ ਦੇ ਚੱਕਰ 'ਚ ਹੀ ਐਨ ਜੀ ਓ ਦੇਖ ਲੈਣ ਕਿ ਯਾਰ
ਇਹਦੀ ਬੋਡੀ ਲੈਂਗੁਏਜ ਦੇਖ ਲਓ, ਇਹਦੇ ਕੱਪੜੇ ਦੇਖ ਲਓ, ਇਹਦੇ ਵਾਲ ਦੇਖ ਲਓ, ਕਿਸੇ ਤਰੀਕੇ ਦੇਖੋ ਤਾਂ ਸਹੀ। ਅਸੀਂ ਤਾਂ ਜੋਕਰ ਬਣਨ ਨੂੰ ਵੀ ਤਿਆਰ ਹਾਂ ਕਿ ਤੁਸੀਂ ਸਾਨੂੰ ਜੋਕਰ ਬਣਦੇ ਹੀ ਦੇਖੋ, ਪਰ ਜਿਹੜਾ ਜੋਕਰ ਗੱਲ ਦੱਸੂਗਾ ਘੱਟੋ ਘੱਟ ਉਹੀ ਸੁਣ ਲਓ। ਤੁਹਾਡੀ ਕਿੰਨੀ ਉਮਰ ਹੈ? ਤੁਹਾਡੀ 23 ਸਾਲ। ਜਦੋਂ ਨੌਜਵਾਨ ਬੰਦਾ ਕੋਈ NGO 'ਚ ਆਉਂਦਾ ਨਾ, ਭਾਵੇਂ ਉਹ ਕੋਈ ਸੇਵਾ ਨਾ ਕਰਨਾ ਹੋਵੇ, ਸਿਰਫ ਦੇਖਣਾ ਹੋਵੇ, ਮੈਨੂੰ ਬੜੀ ਖੁਸ਼ੀ ਹੁੰਦੀ, ਕਿਉਂਕਿ ਇਸ ਟਾਈਮ ਦਿਮਾਗ ਬਹੁਤ ਤੇਜ਼ ਹੁੰਦਾ ਅਤੇ ਸਾਡਾ 100 ਜਗ੍ਹਾ ਦੌੜਦਾ, ਇੱਦਾਂ ਕਿਉਂ, ਉੱਦਾਂ ਕਿਉਂ, ਇਹ ਕਿਉਂ, ਇਹਨੂੰ ਕੀ ਫਾਇਦਾ, ਇਹਨੂੰ ਕੀ ਨਹੀਂ ਫਾਇਦਾ, ਇਹ ਇੱਦਾਂ ਕਿਉਂ। ਤਾਂ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ। ਤੁਸੀਂ NGO ਨੂੰ ਪ੍ਰੋਪਰ ਤਰੀਕੇ ਨਾਲ ਸਮਝੋ, ਦੇਖੋ, ਸਾਨੂੰ ਐਨਾਲਾਈਜ਼ ਕਰੋ, ਤੁਹਾਡੇ ਮਨ 'ਚ ਕੋਈ ਸਵਾਲ ਜਵਾਬ ਹੈ ਤੁਸੀਂ ਮੈਨੂੰ ਜ਼ਰੂਰ ਦੱਸੋ, ਅਤੇ ਆਪ ਵੀ ਜੁੜੋ। ਤੁਹਾਡੇ ਪਿੰਡ 'ਚ ਸਗੋਂ ਕਿ ਬੋਰਡ ਲਾਓ ਆਪਣੀ ਗਲੀ 'ਚ, ਆਪਣਾ ਨੰਬਰ ਲਿਖ ਕੇ, ਕਿ ਤੁਹਾਡੇ ਗਲੀ ਮੁਹੱਲੇ 'ਚ ਜੇ ਕਿਸੇ ਨੂੰ ਕੋਈ ਦਵਾਈਆਂ ਦੀ, ਕੋਈ ਲਾਰ ਦੀ, ਕੋਈ ਓਪਰੇਸ਼ਨ ਦੀ ਲੋੜ ਹੈ, ਸਾਰਾ ਫ੍ਰੀ ਕਰਾਵਾਂਗੇ ਉਹਦਾ। ਇਹ ਮੇਰੀ ਜ਼ੁਬਾਨ ਹੈ। ਮਰੀਜ਼ ਫੜ ਕੇ ਲਿਆਓ, ਤੁਹਾਨੂੰ ਅਸੀਂ ਸਮਝਾਵਾਂਗੇ ਕਿਵੇਂ ਹੋਊਗਾ, ਕੀ ਹੋਊਗਾ, ਪੂਰਾ ਫ੍ਰੀ ਕਰਾਵਾਂਗੇ ਉਹਦਾ, ਕੋਈ ਪੈਸਾ ਨਹੀਂ, ਕਿਉਂਕਿ ਡੋਨਰਾਂ ਦੀ ਕਮੀ ਨਹੀਂ, ਤੁਹਾਡੇ ਵਰਗੇ ਭਰਾਵਾਂ ਦੀ ਕਮੀ ਨਹੀਂ, ਅਤੇ ਮਰੀਜ਼ ਵਿਚਾਰੇ ਹੈਗੇ ਹੀ ਨੇ, ਸਿਰਫ ਇੱਕ ਚੰਗੀ ਗਾਈਡੈਂਸ ਦੀ ਅਤੇ ਚੰਗੀ ਕਾਊਂਸਲਿੰਗ ਦੀ ਲੋੜ ਹੈ, ਅਤੇ ਉਹਦੇ ਨਾਲ ਬੜਾ ਹੱਲ ਹੋ ਸਕਦਾ। ਤੁਸੀਂ ਕੀ ਕਰਦੇ ਹੋ ਵੈਸੇ? ਲੱਕੜ ਦਾ ਕੰਮ ਕਰਦੇ ਹੋ ਤੁਸੀਂ? ਅੱਛਾ, ਪੜ੍ਹਾਈ ਲਿਖਾਈ ਇੰਨੇ ਵਾਲੇ ਨਹੀਂ ਹੈਗੇ ਤੁਸੀਂ ਸਾਰੇ ਅਜੇ? ਅੱਛਾ, ਪੜ੍ਹ ਲਿਆ ਅਤੇ ਬਾਹਰ ਨਹੀਂ ਜਾਣਾ ਕੈਨੇਡਾ? ਬਾਹਰ ਹਾਲੇ ਕੋਈ ਪਲਾਨ ਨਹੀਂ ਹੈਗਾ। ਬਣ ਸਕਦਾ? ਬਣ ਸਕਦਾ। ਹਾਂ, ਚਲੋ, ਤੁਸੀਂ ਆਪਣੇ ਹੱਥੀਂ ਇੱਕ ਇੱਕ ਲਿਫਾਫਾ ਵੰਡੋ, ਅਤੇ ਜ਼ਰੂਰ ਜੇ ਕੋਈ ਤੁਹਾਡੇ ਮਨ 'ਚ ਇਸ ਤੋਂ ਬਾਅਦ ਕੋਈ ਸਵਾਲ ਜਵਾਬ ਆ, ਮੇਰੇ ਨਾਲ ਜ਼ਰੂਰ ਕਰਿਓ। ਠੀਕ ਹੈ? ਠੀਕ, ਥੈਂਕ ਯੂ।